मैं एक सुखना देखती हूँ भी मैं आपके पापा के नाँ से ये चीज़ बनावा पर मेरे पापा जल्दी चले गए मेरे सुखने नूं पूरा होने तो पहला। मैनू पता ही नहीं सी भी मैं सिंगर बनूंगी है ना, पर अकाल पुरख नूं पता सी भी मैं तो हर मुल्क का पानी पीना है, हर पिंड का पानी पीना है। 95% लोग प्यार करते हैं तो 5% करके प्यार नूं क्यों छड्डना, फिर आ जाइए लाइफ। बहुत चेंज आया 2.5 साल च, जो तो कोई बुजुर्ग उठते सी तो मेरे सिर पर हाथ धर के कह देंदे होंदे सी जिउंदा रह पुत आई गाई साफ सुथरा गाई है ना। जदों शुभ ने ना लिया तो उदों उन्हें कहा कि भूआ जी ये चीज़ा जरूरी ने है ना, तुसी बहुत अच्छे सिंगर हो। ਕਿਤੇ ਹੱਡ ਵੈਰੀ ਨੇ ਪੋਲੇ ਅੱਧੀ ਰਾਤ ਪੁਲਿਸ ਵੀ ਟੋਲੇ ਹੋਇਆ ਮਟਰ ਤੂਤ ਦੇ ਓਲੇ ਨੀ ਬੰਬੀ ਹਾਂ ਬੋਲੇ ਵੀ ਜਿਹੜੇ ਬੱਚਿਆਂ ਨੂੰ ਹਲੇ ਥੋੜ੍ਹਾ ਥੋੜ੍ਹਾ ਬੋਲਣਾ 2 ਸਾਲ ਦੇ 2.5 ਸਾਲ ਦੇ ਬੋਲਦੇ ਆ ਨਾ ਉਹਨਾਂ ਨੂੰ ਬਿਨਾਂ ਸਿੱਧੂ ਤੋਂ ਕੁਛ ਔੜਦਾ ਹੀ ਨਹੀਂ। ਸਤਿ ਸ਼੍ਰੀ ਅਕਾਲ ਜੀ, ਮੈਂ ਹਾਂ ਸਲੋਨੀ ਸਰੀਨ ਅਤੇ ਤੁਸੀਂ ਵੇਖ ਰਹੇ ਹੋ ਦੀ ਅਨਮਿਊਟ ਚੈਨਲ। 8 ਸਤੰਬਰ 1973 ਪਿਤਾ ਬਲਦੇਵ ਸਿੰਘ ਅਤੇ ਮਾਤਾ ਨਰਿੰਦਰ ਕੌਰ ਦੀ ਕੁੱਖੋਂ ਜੰਮੇ। ਕਦੀ ਸੋਚਿਆ ਵੀ ਨਹੀਂ ਸੀ ਕਿ ਪੰਜਾਬੀਆਂ ਕੋਲੋਂ ਮਿਲੇਗਾ ਇੰਨਾ ਪਿਆਰ। ਅੱਜ ਮੈਂ ਜਿਨ੍ਹਾਂ ਨਾਲ ਗੱਲਬਾਤ ਕਰਾਉਣ ਜਾ ਰਹੀ ਹਾਂ ਜੀ ਉਹ ਨੇ ਜੀ ਰੁਕੋ ਕੋਇਲ ਤੋਂ ਵੀ ਮਿੱਠੀ ਬੋਲੀ ਅਤੇ ਜਿਨ੍ਹਾਂ ਦੇ ਗਾਣਿਆਂ ਵਿੱਚ ਬਹੁਤ ਸਾਰਾ ਪਿਆਰ। ਅੱਜ ਜਿਨ੍ਹਾਂ ਨਾਲ ਗੱਲਬਾਤ ਕਰਾਂਗੇ ਜੀ ਉਹ ਨੇ ਫਿਰ ਰੁਕੋ ਸਿੱਧੂ ਮੂਸੇਵਾਲੇ ਨੇ ਵੀ ਆਪਣੇ ਗਾਣਿਆਂ ਦੇ ਵਿੱਚ ਜਿਨ੍ਹਾਂ ਨੂੰ ਦਿੱਤਾ ਬਹੁਤ ਸਾਰਾ ਸਤਿਕਾਰ ਅਤੇ ਫਾਈਨਲੀ ਜਿਨ੍ਹਾਂ ਨਾਲ ਗੱਲਬਾਤ ਕਰਨ ਜਾ ਰਹੇ ਨੇ ਉਹ ਨੇ ਜੀ ਜਸਵਿੰਦਰ ਬਰਾੜ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੂਝਵਾਨ ਜਿਹੜੇ ਮੇਰੇ ਦਰਸ਼ਕ ਦੇਖ ਰਹੇ ਨੇ, ਜਸਵਿੰਦਰ ਬਰਾੜ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਪਹਿਲਾਂ ਤਾਂ ਜੀ ਆਇਆਂ ਨੂੰ ਵੈਲਕਮ ਜੀ ਤੁਹਾਡਾ ਆਸਟ੍ਰੇਲੀਆ ਦੇ ਵਿੱਚ ਅਤੇ ਖਾਸ ਕਰਕੇ ਸਿਡਨੀ ਦੇ ਵਿੱਚ, ਅਤੇ ਤੁਹਾਡੇ ਸ਼ੋਅ ਬਾਰੇ ਜਿਹੜਾ ਅੱਜ ਕੱਲ੍ਹ ਹੋਣ ਜਾ ਰਿਹਾ, ਅੱਜ ਮੀਟ ਐਂਡ ਗ੍ਰੀਟ ਸੀਗੀ ਜੀ, ਕੱਲ੍ਹ ਸ਼ੋਅ ਹੈਗਾ, ਅਤੇ ਪਹਿਲਾਂ ਆਸਟ੍ਰੇਲੀਆ ਦੇ ਵਿੱਚ ਜਿੰਨੇ ਵੀ ਤੁਸੀਂ ਜਗ੍ਹਾ ਟੂਰ ਲਗਾ ਚੁੱਕੇ ਹੋ ਉਹਦੇ ਬਾਰੇ ਪਹਿਲਾਂ ਗੱਲਬਾਤ ਕਰਾਂਗੇ। ਅਸੀਂ ਪਰਥ, ਮਤਲਬ ਮੈਲਬਰਨ, ਐਡੀਲੇਡ, ਕਾਫੀ ਸ਼ਹਿਰ ਨੇ ਆਸਟ੍ਰੇਲੀਆ ਦੇ ਜਿੱਥੇ ਮੈਂ ਕਹਿੰਦੀ ਵੀ ਇੰਨਾ ਕੁ ਪਿਆਰ ਮਿਲਿਆ। ਮੈਂ ਪਹਿਲੀ ਵਾਰ ਆਈ ਸੀ, ਸੋਚ ਨਹੀਂ ਸਕਦੀ ਸੀ ਮੈਂ ਪਹਿਲਾਂ ਵੀ, ਦੇਖੋ ਜਦੋਂ ਮੈਂ ਗੱਲ ਕੀਤੀ ਸੀ ਵੀ ਜਿਹੜੀਆਂ ਚੀਜ਼ਾਂ ਨੂੰ ਅਸੀਂ ਉੱਥੇ ਮਿਸ ਕਰ ਰਹੇ ਹਾਂ ਇਹ ਚੀਜ਼ਾਂ ਹੁਣ ਉੱਥੇ ਨਹੀਂ ਹੋ ਰਹੀਆਂ ਜਿੱਥੇ ਅਸੀਂ ਰਹਿੰਦੇ ਹਾਂ ਪੰਜਾਬ 'ਚ, ਹੈ ਨਾ ਜੀ, ਇੰਡੀਆ 'ਚ ਅਸੀਂ ਰਹਿੰਦੇ ਹਾਂ, ਪਰ ਇੱਥੇ ਕਲਚਰ ਨੂੰ ਇੰਨਾ ਸਾਂਭ ਕੇ ਰੱਖਿਆ ਹੋਇਆ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ। ਸਾਰੀ ਪੁਰਾਣੀ ਜਵੈਲਰੀ, ਉਵੇਂ ਬੋਲਣਾ, ਠੇਠ ਬੋਲੀਆਂ, ਸਾਰਾ ਮਲਵਈ ਗਿੱਧਾ, ਸਾਰੀਆਂ ਚੀਜ਼ਾਂ ਜਦੋਂ ਲੇਡੀਜ਼ ਕਰਦੀਆਂ ਨੇ ਤਾਂ ਸ਼ਾਇਦ ਅਸੀਂ ਵੀ ਕੁਛ ਸਿੱਖ ਕੇ ਜਾਂਦੇ ਹਾਂ ਵੀ ਸਾਥੋਂ ਕਿਤੇ ਇਹ ਗਲਤੀ ਹੋ ਨਾ ਜਾਵੇ ਵੀ ਅਸੀਂ ਪੰਜਾਬੀਅਤ ਨੂੰ ਭੁੱਲ ਜਾਈਏ। ਜੇ ਅਸੀਂ ਤੁਹਾਨੂੰ ਪਿਆਰ ਦੇਣ ਆਉਂਦੇ ਹਾਂ, ਪਿਆਰ ਲੈਣ ਆਉਂਦੇ ਹਾਂ, ਅਸੀਂ ਤੁਹਾਡੇ ਤੋਂ ਬਹੁਤ ਕੁਛ ਸਿੱਖ ਕੇ ਜਾਂਦੇ ਹਾਂ। ਇੱਕ ਤਾਂ ਹਾਰਡ ਮਿਹਨਤ ਇਹ ਸਿੱਖ ਕੇ ਜਾਂਦੇ ਹਾਂ ਵੀ ਕਿੰਨੀ ਮਿਹਨਤ ਕਰਦੇ ਨੇ ਇੱਥੋਂ ਦੇ ਲੋਕ, ਹੈ ਨਾ। ਫਿਰ ਮੈਨੂੰ ਐਂ ਲੱਗਦਾ ਵੀ ਨਹੀਂ ਹਾਲੇ ਤੇਰੀ ਮਿਹਨਤ ਘੱਟ ਹੈ, ਤੂੰ ਹੋਰ ਮਿਹਨਤ ਕਰ। ਬਹੁਤ ਚੀਜ਼ਾਂ ਮੈਂ ਸਿੱਖ ਕੇ ਜਾਂਦੀ ਹਾਂ। ਹਾਲੇ ਤੁਸੀਂ ਕਹਿ ਰਹੇ ਹੋ ਕਿ ਹਾਲੇ ਮਿਹਨਤ ਘੱਟ ਹੈ, ਮੈਨੂੰ ਲੱਗਦਾ ਚਲੋ ਹੁਣ ਆਪਣੀ ਉਮਰ 'ਤੇ ਮੈਂ ਕੀ ਦੱਸਣੀ, ਪਰ ਜਦੋਂ ਦੇ ਆਪਾਂ ਛੋਟੇ ਹੁੰਦੇ ਤੋਂ ਤੁਹਾਨੂੰ ਸੁਣਦੇ ਆ ਰਹੇ ਹਾਂ ਅਤੇ ਹੁਣ ਤੱਕ ਵੀ ਤੁਹਾਡੇ ਗੀਤ, ਮੈਨੂੰ ਲੱਗਦਾ ਬਹੁਤ ਸਾਲਾਂ ਦਾ ਬਹੁਤ ਲੰਬਾ ਸਫ਼ਰ ਤੁਹਾਡਾ ਰਿਹਾ ਹੈ, ਅਤੇ ਆਫਕੋਰਸ ਕਹਿੰਦੇ ਨੇ ਨਾ ਕੋਈ ਵੀ ਚੀਜ਼ ਇੱਦਾਂ ਪਰੋਸੀ ਨਹੀਂ ਜਾਂਦੀ, ਉਹਦੇ ਪਿੱਛੇ ਬਹੁਤ ਸਾਰੀ ਸਟਰਗਲ ਹੁੰਦੀ ਹੈ, ਅਤੇ ਉਹ ਮੈਨੂੰ ਲੱਗਦਾ ਉਹ ਸਟਰਗਲ ਜਿਹੜੀ ਆ ਉਹ ਤੁਹਾਡੀ ਅੱਖਾਂ ਦੇ ਵਿੱਚੋਂ ਝਲਕਦੀ ਹੈ, ਭਾਵੇਂ ਤੁਸੀਂ ਜਿੰਨਾ ਮਰਜ਼ੀ ਮੁਸਕੁਰਾਉਂਦੇ ਹੋ, ਪਿਆਰ ਨਾਲ ਗੱਲ ਕਰਦੇ, ਪਰ ਮੈਨੂੰ ਲੱਗਦਾ ਤੁਹਾਡੀ ਅੱਖਾਂ ਨਾ ਬਹੁਤ ਕੁਛ ਕਹਿ ਜਾਂਦੀਆਂ ਨੇ। ਮੇਰਾ ਜ਼ਿੰਦਗੀ 'ਚ ਇੱਕ ਸੁਪਨਾ ਜੀ ਵਾਹਿਗੁਰੂ ਨੇ ਪੂਰਾ ਕੀਤਾ, ਕਿਉਂਕਿ ਵਾਹਿਗੁਰੂ ਨੇ ਇੰਨੀਆਂ ਕੁ ਚੀਜ਼ਾਂ ਦੇਤੀਆਂ, ਤਕਲੀਫਾਂ ਵੀ ਦਿੱਤੀਆਂ ਨੇ, ਪਰ ਤਕਲੀਫਾਂ 'ਤੇ ਮੱਲਮ ਨਾਲ ਦੀ ਨਾਲ ਹੀ ਪਰਮਾਤਮਾ ਲਾ ਦਿੰਦਾ ਵੀ ਮੈਂ ਉਹਦੇ 'ਚ ਕਿਸੇ ਦਾ ਮਤਲਬ ਇਹ ਦਖਲ ਅੰਦਾਜ਼ੀ ਪਸੰਦ ਨਹੀਂ ਕਰਨੀ। ਮੈਨੂੰ ਆਏ ਵੀ ਬਾਲਾ ਵੱਡਾ ਨਹੀਂ, ਇੱਕ ਛੋਟਾ ਜਿਹਾ ਮੈਂ ਘਰ ਬਣਾਵਾਂ ਜਿੱਥੇ ਬਜ਼ੁਰਗ ਹੋਣ, ਸਾਡੇ ਬਜ਼ੁਰਗ ਮਾਤਾ ਹੋਣ, ਜਿਨ੍ਹਾਂ ਨਾਲ ਵੀ ਮੈਂ ਟਾਈਮ ਸਪੈਂਡ ਕਰਾਂ, ਹੈ ਨਾ, ਉਹਨਾਂ ਦੀ ਖੁੱਲ੍ਹ ਕੇ ਸੇਵਾ ਹੋਵੇ, ਉਹ ਜੋ ਕਹਿਣਾ ਚਾਹੁੰਦੇ ਨੇ, ਜੋ ਜਿਉਣਾ ਚਾਹੁੰਦੇ ਨੇ ਜਿਵੇਂ ਮਰਜ਼ੀ, ਵੀ ਮੈਂ ਉਹ ਜ਼ਿੰਦਗੀ ਦੇ ਸਕਾਂ। ਕਿਉਂਕਿ ਮੈਂ ਇੱਕ ਸੁਪਨਾ ਦੇਖਦੀ ਹੁੰਦੀ ਸੀ ਵੀ ਮੈਂ ਆਪਣੇ ਪਾਪਾ ਦੇ ਨਾਂ 'ਤੇ ਇਹ ਚੀਜ਼ ਬਣਾਵਾਂ, ਪਰ ਮੇਰੇ ਪਾਪਾ ਜਲਦੀ ਚਲੇ ਗਏ ਮੇਰੇ ਸੁਪਨੇ ਨੂੰ ਪੂਰਾ ਹੋਣ ਤੋਂ ਪਹਿਲਾਂ। ਮੈਂ ਕਹਿੰਦੀ ਵੀ ਮੇਰੇ ਪਾਪਾ ਇੱਕ ਦਰਵੇਸ਼ ਇਨਸਾਨ ਸੀ, ਉਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਆਪਦੇ ਬੱਚਿਆਂ ਨੂੰ ਕਿਵੇਂ ਘੂਰਨਾ,
सच्ची नहीं पता सी जिमें जिंदगी का मोड़ वक्त दवाई गया उन्होंने बच्चों उन्होंने वो वाहगुरु का शुक्र करके उस मोड़ आके खड़ते रहे। ये मेरा सुपना है। एक मेरा सुपना यह आ मेरे हसबेंड का तो मेरा भी मैं उन्होंने कहने हूँ भी एक ना आप वाहगुरु देवे सच्चे पातशाह बंदा तो कौन भी एक ऐसी म्यूजिक छोटी जी इंडस्ट्री खोलीए जेड़े बच्चों को पैसे है नहीं उन्होंने कोई एग्रीमेंट नहीं करना ना उन्होंने 5 साल बनना है ना उन्होंने 10 क्योंकि एग्रीमेंट चो मैं गुजरी हाँ है ना भी वो बच्चों को रखना उन्होंने गाना रिलीज़ करना उन्होंने प्रोग्राम बुक कराने ने 50% उन्होंने देना है जोड़ा 50% रहूगा वो जोड़े बच्चे उत्थे रहे उन्होंने खर्चा तो उन्होंने दसवां दसौंद किसी गरीब लिए किसी बीमारी कुड़िया के विह चुप चपीता मैं ये दसना पिया सुफना अंदर मैं घुलती रहनी इस सुफने ना मैं मतलब वेख लो उम्र मेरी इन्नी कुछ खास नहीं पर मैं फिर भी थोड़ी अखा तो ये चीज़ का हिसाब लगा लिया कि तुसी बहुत कुछ हासिल कर लिया है पर वो कोई ऐसी चीज़ है जिहड़ी हाले भी इनकम्प्लीट जी थोड़े अंदर हैगी है तो वो अज मैं लगता स्क्रीन के सामने सानू दसता है पर इन्नी नेक सोच तो इन्नी प्यारी सोच के नाल तुसी तुरे हुए हो मैंने लगता उपर वाले ने छेती कामयाब तुसी उस चीज़ में भी हो जाना है कि है ना जिहड़ी चीज़ तो तुसी आप निकले हो क्योंकि जो तुसी किसी चीज़ चो निकलते हो ना तो थोड़े मन में दो चीज़ा होंगे आ या तो तुसी कहते भी मैं भी किसी ना करांगा या तुसी सोचते भी मैं किसी ना होन नहीं देवांगा है ना तो बहुत घट लोग होंगे ने जिहड़े ये सोचते हैं कि ये चीज़ मैं नहीं किसी ना होन देवांगा तो मैं लगता अज ये थोड़े जड़े बोल ने जो कल वो चीज़ प्रैक्टिकली करनी है तो जिन्हें जिन्हें वो थानू सेवा का मौका मिलना है वो थानू पूरी उम्र की दुआव ही होंगे बस तुम भी अरदास करो भी ये सुपने च परमात्मा मेरे जिदे च थर्ड परसन तो हाथ ही नहीं होगा मेरे हसबेंड होंगे मैं होंगी या मेरा कोई फैमिली मैंबर होगा या वो कलाकार जेडे मेरे को रहेंगे या म्यूजिक डायरैक्टर या राइटर या कंपनी बस चौथे बंदे की किसी की एंट्री नहीं मैं बस वैसे तो बच्चे बहुत सियाने ने अजक पढ़े लिखे ने बहुत सूझवान ने बच्चे है ना वो युग हूँ गया भी बच्चे बाकी कुछ मालक के हाथ भी होंगे बिध माता ने जो लिखता मैं पता ही नहीं भी मैं सिंगर बनूंगी है ना पर अकाल पुरख को पता भी मैं तो हर मुल्क का पानी पीना हर पिंड का पानी पीना कुछ क चीज़ा परमात्मा के हाथ ने पर मैं बच्चिया ये कहंगी भी पिछे ना हटो जमाना थानू कुछ भी कहे तुसी मा हाँ उस अगे वधन च तुसी आपदे मालक नाल नज़र मिला सको मालक कौन पहला माँ बाप उस भैन भरा उस बाद थोड़ा पति उस फिर अकाल पुरख खुश होंदा पर वो कहंदा हुण मेरे वाल अख मिला ना मिला तू जिहड़े मैं तैनू कर्म दिते ने वो तू पूरे उन्हां च तू पूरी है ना पिछे ना हटो राजे जमाना तो कुछ ना कुछ कहंदा ही रहिंदा मैनू भी सारी उम्र कहा भी इहदे दंद उच्चे है ये पतली है ना इहदे च आ प्रॉब्लम है ये नक् चुगाउंदी है ये ड्रामे आवाज है मैं कहिंदी कई बार तो ना भी सच्ची ऐ हुंदा भी गाना बंद कर दे फिर जिहड़े ਉਹੀ ਗੱਲ ਜਿਵੇਂ ਇੱਥੇ ਕਹੀ ਗਈ ਸੀ ਵੀ 95% ਲੋਕ ਪਿਆਰ ਕਰਦੇ ਆ ਤਾਂ 5% ਕਰਕੇ ਪਿਆਰ ਨੂੰ ਕਿਉਂ ਛੱਡਣਾ ਫਿਰ ਆ ਜਾਈਦਾ ਇਸ ਲਾਈਨ 'ਚ ਨਹੀਂ ਤੁਸੀਂ ਇਹ ਤਾਂ ਦੱਸਦਾ ਚਲੋ ਲੱਤਾਂ ਖਿੱਚਣ ਵਾਲੇ ਜਾਂ ਹੈ ਨਾ ਉਹ ਕਹਿੰਦੇ ਨੇ ਨਾ ਕ੍ਰਿਟੀਸਾਈਜ਼ ਕਰਨ ਵਾਲੇ ਬਹੁਤ ਜ਼ਰੂਰੀ ਨੇ ਕਿਉਂਕਿ ਹੈ ਨਾ ਉਹ ਸਾਨੂੰ ਇੱਕ ਅੱਗ ਜਿਹੜੀ ਹੈ ਨਾ ਉਹ ਲਗਾਈ ਰੱਖਦੇ ਨੇ ਵੀ ਆਪਾਂ ਤੁਰਦੇ ਹੀ ਰਹੀਏ ਅਤੇ ਭੱਜਦੇ ਹੀ ਰਹੀਏ ਅਤੇ ਤੁਸੀਂ ਤਾਰੀਫ ਵੀ ਤਾਂ ਦੱਸਣ ਜਿਹੜੀ ਕਰਦੇ ਨੇ ਆਪਣੇ ਮੂੰਹ ਅੱਜ ਸੁਣ ਲੈਂਦੇ ਤੁਹਾਡੀਆਂ ਕੋਈ ਖਾਸ ਐਸੀ ਕੰਪਲੀਮੈਂਟ ਜਿਹੜਾ ਤੁਹਾਨੂੰ ਯਾਦ ਹੋਏ ਵੈਸੇ ਤਾਂ ਬਹੁਤ ਸਟੇਜਾਂ ਨੇ ਪਰ ਸਭ ਤੋਂ ਵਧੀਆ ਇਹ ਹੁੰਦਾ ਵੀ ਪਹਿਲਾਂ ਵਾਲੀਆਂ ਸਟੇਜਾਂ 'ਚ 2 ਸਾਲ ਪਹਿਲਾਂ ਤੋਂ 2 ਸਾਲਾਂ 'ਚ ਤਾਂ ਮੇਰੀ ਜ਼ਿੰਦਗੀ 'ਚ ਬਹੁਤ ਚੇਂਜ ਆਇਆ 2.5 ਸਾਲਾਂ 'ਚ ਜਦੋਂ ਕੋਈ ਬਜ਼ੁਰਗ ਉੱਠਦੇ ਸੀ ਅਤੇ ਮੇਰੇ ਸਿਰ 'ਤੇ ਹੱਥ ਧਰ ਕੇ ਕਹਿ ਦਿੰਦੇ ਹੁੰਦੇ ਸੀ ਜਿਉਂਦਾ ਰਹਿ ਪੁੱਤ ਐਂ ਗਾਈਂ ਸਾਫ਼ ਸੁਥਰਾ ਗਾਈਂ ਹੈ ਨਾ ਧੰਨ ਨੇ ਉਹ ਮਾਂ ਬਾਪ ਜਿਨ੍ਹਾਂ ਨੇ ਤੈਨੂੰ ਪੈਦਾ ਕੀਤਾ ਉਦੋਂ ਮੈਨੂੰ ਬਹੁਤ ਖੁਸ਼ੀ ਹੁੰਦੀ ਸੀ ਹੈ ਨਾ ਅਤੇ ਯੂਥ ਲੇਡੀਜ਼ ਮੈਨੂੰ ਬਹੁਤ ਪਸੰਦ ਕਰਦੀਆਂ ਸੀ ਹੁਣ ਤੱਕ ਮੈਂ ਹੈਰਾਨ ਹਾਂ ਵੀ ਮੇਰੇ ਪੁਰਾਣੇ ਤੋਂ ਪੁਰਾਣਾ ਗਾਣਾ ਇੱਥੇ ਬੈਠਿਆਂ ਨੂੰ ਵੀ ਯਾਦ ਆ ਹੈ ਨਾ ਅਤੇ ਉਸ ਤੋਂ ਬਾਅਦ ਮੈਂ ਪਹਿਲਾਂ ਵੀ ਦੱਸ ਕੇ ਟੀਆਂ ਵੀ ਜਿਹੜੇ ਪੁਰਾਣੇ ਕਲਾਕਾਰ ਨੇ ਉਹ ਮੀਡੀਆ ਤੋਂ ਦੂਰ ਸੀ ਸਾਨੂੰ ਵਾਕਈ ਨਹੀਂ ਪਤਾ ਸੀ ਯੂਟਿਊਬ ਦਾ ਸਨੈਪਚੈਟ ਦਾ ਇੰਸਟਾਗ੍ਰਾਮ ਦਾ ਨਹੀਂ ਪਤਾ ਸੀ ਜਦੋਂ ਸ਼ੁਭ ਨੇ ਨਾਂ ਲਿਆ ਅਤੇ ਉਦੋਂ ਉਹਨੇ ਕਿਹਾ ਸੀ ਵੀ ਭੂਆ ਜੀ ਇਹ ਚੀਜ਼ਾਂ ਜ਼ਰੂਰੀ ਨੇ ਹੈ ਤੁਸੀਂ ਬਹੁਤ ਅੱਛੇ ਸਿੰਗਰ ਹੋ ਬਹੁਤ ਜ਼ਿਆਦਾ ਵੀ ਮੈਂ ਬਹੁਤ ਲੱਕੀ ਹਾਂ ਵੀ ਮਹੀਨੇ 'ਚੋਂ 22-23 ਪ੍ਰੋਗਰਾਮ ਮੇਰੇ ਲਾਈਵ ਸ਼ੋਅ ਲੱਗਦੇ ਨੇ ਹੈ ਨਾ ਅਤੇ ਉਹਨੇ ਮੇਰੀ ਇਹ ਕਮੀ ਦੂਰ ਕਰਾਈ ਜਦੋਂ ਉਹਨਾਂ ਨੇ ਨਾਂ ਲਿਆ ਨਵੀਂ ਯੂਥ ਨੇ ਸਰਚ ਕੀਤਾ ਵੀ ਮਿਰਜ਼ੇ ਵਾਲੀ ਜਸਵਿੰਦਰ ਕੌਣ ਆ
ਤੇ ਜੋ ਮੈਂ ਪਿੱਛੇ ਮੇਰਾ ਖਜ਼ਾਨਾ ਪਿਆ ਸੀ ਉਹਨਾਂ ਨੇ ਸਾਰੀ ਨਵੀਂ ਯੂਥ ਨੇ ਸੁਣਿਆ ਤੇ ਤੁਸੀਂ ਹੈਰਾਨ ਹੋਵੋਗੇ ਹੁਣ ਵਿਆਹਾਂ ਦੇ ਪ੍ਰੋਗਰਾਮਾਂ 'ਚ ਜੇ ਮੈਂ 20 ਪ੍ਰੋਗਰਾਮ ਵਿਆਹ ਦੇ ਲਾਉਂਦੀ ਹਾਂ 2 ਮਹੀਨਿਆਂ 'ਚ ਤੇ 20 'ਚੋਂ 18 ਅੱਜ ਦੀ ਯੂਥ ਹੁੰਦੀ ਆ ਤੇ ਮੈਂ ਉਹਨਾਂ ਨੂੰ ਬੜੇ ਸਿਆਣੇ ਸਮਝਦੀ ਹਾਂ ਵੀ ਸ਼ੁਕਰ ਆ ਗਾਇਕੀ ਦੀ ਕਦਰ ਕੀਤੀ ਗਾਇਕੀ ਜੇ ਤੁਹਾਡੇ ਵਾਂਗ ਜਿੱਦਾਂ ਤੁਸੀਂ ਸਾਫ਼ ਸੁਥਰੀ ਗਾਇਕੀ ਰੱਖੀ ਹੋਈ ਹੈ ਤੇ ਇਹਦੀ ਕਦਰ ਜ਼ਰੂਰ ਹੋਣੀ ਸੋਹਣਾ ਨਹੀਂ ਮੈਨੂੰ ਆਇਆ ਕਿਉਂਕਿ ਸਿੰਗਰ ਬਹੁਤ ਐਸੇ ਨੇ ਜਿਹਨਾਂ ਨੂੰ ਵੀ ਮੇਰਾ ਗਾਣਾ ਤਾਂ ਕਹਿੰਦਾ ਵੀ ਗਾ ਨਾ ਸਿਰਫ ਜਿਹੜੇ ਮੈਂ ਸ਼ਬਦ ਜਿਹੜੇ ਮੈਨੂੰ ਰਾਈਟਰ ਦਿੰਦੇ ਨੇ ਮੈਂ ਉਹਨਾਂ ਦਾ ਵੀ ਸ਼ੁਕਰਗੁਜ਼ਾਰ ਹਾਂ ਜਿਹਨਾਂ ਸ਼ਬਦਾਂ ਦੇ ਆਸਰੇ ਮੈਂ ਸਟੇਜ 'ਤੇ ਚੜ੍ਹਦੀ ਹਾਂ ਹੈ ਨਾ ਉਹ ਰਾਈਟਰ ਦਿੰਦੇ ਨੇ ਕੁਛ ਕਿ ਮੈਂ ਲਿਖਦੀ ਹਾਂ ਅਤੇ ਉਹ ਸ਼ਬਦਾਂ ਦੇ ਆਸਰੇ ਜਿਹੜਾ ਮੈਨੂੰ ਪਿਆਰ ਮਿਲਦਾ ਜੇ ਜੇ ਤੁਸੀਂ ਸ਼ਬਦਾਂ ਦੀ ਗਾਣਿਆਂ ਦੀ ਗੱਲ ਕਰ ਹੀ ਦਿੱਤੀ ਹੈ ਤਾਂ ਫਿਰ ਦੋ ਸ਼ਬਦ ਤਾਂ ਬਣਦੇ ਨੇ ਕਿ ਨਹੀਂ ਕਨੀ ਸੋਨਾ ਦੋ ਮਾਸੇ ਉਹ ਕਨੀ ਸੋਨਾ ਦੋ ਮਾਸੇ ਕਨੀ ਸੋਨਾ ਦੋ ਮਾਸੇ ਇੱਕ ਪਾਸੇ ਰੱਖ ਸੋਹਣਿਆ ਇੱਕ ਪਾਸੇ ਰੱਖ ਸੋਹਣਿਆ ਵੇ ਨਹੀਂ ਨਿਭਣੀ ਦੋ ਪਾਸੇ ਵੇ ਨਹੀਂ ਨਿਭਣੀ ਦੋ ਪਾਸੇ ਨਹੀਂ ਨਿਭਣੀ ਦੋ ਪਾਸੇ ਬੇਰੀ ਤੋਂ ਬੇਰ ਲਿਆ ਬੇਰੀ ਤੋਂ ਬੇਰ ਲਿਆ ਉਹ ਬੇਰੀ ਤੋਂ ਬੇਰ ਲਿਆ ਚੰਗੀ ਪਲ ਖੇਡਦੀ ਨੂੰ ਤਕਦੀਰਾਂ ਘੇਰ ਲਿਆ ਉਹ ਤਕਦੀਰਾਂ ਘੇਰ ਲਿਆ ਤਕਦੀਰਾਂ ਅੰਧੇਰੋਂ ਮੈਂ ਗਰੀਬੋਂ ਕੀ ਬਸਤੀਆਂ ਹੁਆ ਕਰਤੀ ਹੈ ਕਿਨਾਰੋਂ ਪੇ ਕਸ਼ੀਆਂ ਹੁਆ ਕਰਤੀ ਹੈ ਅੰਧੇਰੋਂ ਮੈਂ ਗਰੀਬੋਂ ਕੀ ਬਸਤੀਆਂ ਹੁਆ ਕਰਤੀ ਹੈ ਕਿਨਾਰੋਂ ਪੇ ਕਸ਼ੀਆਂ ਹੁਆ ਕਰਤੀ ਹੈ ਆਪ ਤੋਂ ਵੋ ਸ਼ਖਸ ਹੋ ਜੋ ਇੱਕ ਪਲ ਹੀ ਜਲੇ ਹੋ ਆਪ ਤੋਂ ਵੋ ਸ਼ਖਸ ਹੋ ਜੋ ਇੱਕ ਪਲ ਹੀ ਜਲੇ ਹੋ ਜੋ ਉਮਰ ਭਰ ਜਲਤੀ ਹੈ ਵੋ ਵੀ ਹਸਤੀਆਂ ਹੁਆ ਕਰਤੀ ਹੈ ਵੋ ਵੀ ਹਸਤੀਆਂ ਹੁਆ ਕਰਤੀ ਹੈ ਸਰਦੀ ਗਰਮੀ ਇਹ ਤੋਂ ਕੁਦਰਤ ਕੇ ਨਜ਼ਾਰੇ ਹੈ ਸਰਦੀ ਗਰਮੀ ਇਹ ਤੋਂ ਕੁਦਰਤ ਕੇ ਨਜ਼ਾਰੇ ਹੈ ਪਿਆਸੇ ਤੋਂ ਵੋ ਵੀ ਹੈ ਜੋ ਬੈਠੇ ਹੀ ਦਰਿਆ ਕੇ ਕਿਨਾਰੇ ਕਹਿੰਦੇ ਜ਼ਰੂਰੀ ਨਹੀਂ ਵੀ ਉਹ ਬੰਦਾ ਪਿਆਸਾ ਜਿਹੜਾ ਪਾਣੀ ਤੋਂ ਦੂਰ ਹੈ ਕਈ ਵਾਰ ਆਪਾਂ ਪਾਣੀ ਕੋਲ ਰਹਿ ਕੇ ਵੀ ਪਿਆਸੇ ਹੁੰਦੇ ਤੇ ਮੈਮ ਇਹ ਤਾਂ ਤੁਹਾਡੀ ਮੈਂ ਹੁਣ ਸ਼ਾਇਰੀ ਤਾਂ ਥੋੜ੍ਹੀ ਸੋਹਣੀ ਰਹੀ ਸੀਗੀ ਅਤੇ ਮੈਂ ਕਿਹਾ ਤੁਸੀਂ ਮੌਕੇ 'ਤੇ ਜਿਹੜੀਆਂ ਹੈ ਨਾ ਗੱਲਾਂ ਕਰ ਜਾਂਦੇ ਹੋ ਉਹਦੇ ਲਈ ਬਾ ਕਮਾਲ ਚੀਜ਼ਾਂ ਨੇ ਉਹ ਅਤੇ ਮੈਨੂੰ ਪਤਾ ਤੁਸੀਂ ਤੁਸੀਂ ਅੱਜ ਹੁਣੇ ਤੁਹਾਡਾ ਸ਼ੋਅ ਹੈਗਾ ਆ ਬਹੁਤ ਸਾਰੇ ਪੂਰੇ ਆਸਟ੍ਰੇਲੀਆ ਦੇ ਵਿੱਚ ਤੁਸੀਂ ਇਸ ਤੋਂ ਬਾਅਦ ਨਿਊਜ਼ੀਲੈਂਡ ਜਾਣਾ ਆ ਹੈ ਨਾ ਅਤੇ ਤੁਹਾਨੂੰ ਪਹਿਲਾਂ ਹੀ ਮੁਬਾਰਕਾਂ ਕਿਉਂਕਿ ਸ਼ੋਅ ਤੁਹਾਡੇ ਔਫਕੋਰਸ ਸੁਪਰ ਹਿੱਟ ਹੋਣੇ ਆ ਤੁਸੀਂ ਧਮਾਲਾ ਮਚਾਣੀਆਂ ਆ ਅਤੇ ਜਾਂਦੇ ਜਾਂਦੇ ਤੁਸੀਂ ਕੁਛ ਸਾਨੂੰ ਜਾਂ ਸਾਡੇ ਚੈਨਲ ਰਾਹੀਂ ਆਪਣੀ ਔਡੀਅੰਸ ਨੂੰ ਕੁਛ ਕਹਿਣਾ ਚਾਹੋ ਤਾਂ ਬਸ ਜੀ ਮੈਂ ਇਹੀ ਕਹਿਣਾ ਚਾਹਾਂਗੀ ਵੀ ਇੱਦਾਂ ਦੇ ਸ਼ੋਆਂ ਨੂੰ ਜ਼ਰੂਰ ਪ੍ਰਮੋਟ ਕਰੋ ਬਿਲਕੁਲ ਇੱਦਾਂ ਦੇ ਚੈਨਲਾਂ ਨੂੰ ਦੇਖੋ ਜਿੱਥੇ ਆਪਣੇ ਵਿਰਾਸਤ ਦੀ ਆਪਣੀ ਪੰਜਾਬੀਅਤ ਦੀ ਆਪਣੇ ਪੰਜਾਬੀਆਂ ਦੀ ਹੈ ਨਾ ਆਪਣੇ ਕਲਚਰ ਦੀ ਗੱਲ ਕੀਤੀ ਜਾਂਦੀ ਹੈ ਅਤੇ ਅਗਰ ਸਾਡੇ ਕਲਾਕਾਰਾਂ ਤੋਂ ਕੋਈ ਮਿਸਟੇਕ ਹੁੰਦੀ ਹੈ ਕਿਉਂਕਿ ਅਸੀਂ ਰੱਬ ਤਾਂ ਹੁੰਦੇ ਨਹੀਂ ਹੈ ਨਾ ਅਤੇ ਜਿੱਥੇ ਸਾਥੋਂ ਗਲਤੀ ਹੋ ਗਈ ਜਿਹੜਾ ਅਸੀਂ ਚੰਗਾ ਕੀਤਾ ਬਸ ਉਹਨੂੰ ਯਾਦ ਕਰ ਲਿਆ ਕਰੋ ਅਤੇ ਨਾਲ ਦੀ ਨਾਲ ਹੀ ਸੋਰੀ ਕਿਆ ਬਾਤ ਹੈ ਮਤਲਬ ਇਹ ਸਭ ਤੋਂ ਪਿਆਰੀ ਗੱਲ ਇਹਨਾਂ ਨੇ ਕੀਤੀ ਵੀ ਵਾਕਈ ਸਹੀ ਗੱਲ ਵੀ ਜਦੋਂ 100 ਚੀਜ਼ਾਂ ਚੰਗੀ ਕਰਕੇ ਕਦੀ ਜਦੋਂ ਗਲਤੀ ਹੋ ਜਾਏ ਤਾਂ ਉਹਨੂੰ ਮਾਫ਼ ਕਰ ਦਿੱਤਾ ਆ ਪ੍ਰੈਕਟੀਕਲੀ ਵੀ ਲਾਈਫ ਦੇ ਵਿੱਚ ਮੈਨੂੰ ਲੱਗਦਾ ਬਹੁਤ ਵਧੀਆ ਸੀਖ ਆ ਜਦ ਵੀ ਬੋਲੇ ਜਨਤਾ ਮੂੰਹ ਨੂੰ ਲਾ ਲੈਂਦੀ ਹੈ ਤਾਲੇ ਨੀ ਜਦ ਵੀ ਬੋਲੇ ਜਨਤਾ ਮੂੰਹ ਨੂੰ ਲਾ ਲੈਂਦੀ ਹੈ ਤਾਲੇ ਨੀ ਚਾਲ ਤੇਂਦੂਏ ਵਰਗੀ ਕੁੜਤੇ ਗੀਜ਼ਾ ਕੋਟਨ ਵਾਲੇ ਨੀ ਕਿਤੇ ਹੱਡ ਵੈਰੀ ਨੇ ਪੋਲੇ ਅੱਧੀ ਰਾਤ ਪੁਲਿਸ ਦੀ ਟੋਲੇ ਹੋਇਆ ਮਟਰ ਤੂਤ ਦੇ ਓਲੇ ਨੀ ਬੰਬੀ ਹਾ ਬੋਲੇ ਬੋਲੇ ਨੀ ਬੰਬੀ ਹਾ ਬੋਲੇ ਜਦ ਵੀ ਕਲਮ ਚੋਬਰ ਨੇ ਚੱਕੀ ਰਗੜੇ ਅੱਖ ਜਿੰਨਾ ਤੇ ਰੱਖੀ ਅੱਜ ਵੀ ਕੱਲਾ ਹੀ ਫਿਰਦਾ ਸਭ ਨੂੰ ਤੱਕੀ ਨੀ ਬੰਬੀ ਹਾ ਬੋਲੇ ਬੋਲੇ ਨੀ ਬੰਬੀ ਹਾ ਬੋਲੇ ਮੈਂ ਕਹਿੰਦੀ ਸਿੱਧੂ ਦਾ ਬੰਬੀ ਹਾ ਰਹਿੰਦੀ ਦੁਨੀਆ ਤੱਕ ਬੋਲਦਾ ਰਹੇ ਅਤੇ ਸਾਰਾ ਕੁਛ ਉਹਦੇ ਪਿਆਰ ਕਰਨ ਵਾਲਿਆਂ ਦੇ ਹੱਥ ਮੈਂ ਇੱਕ ਅਜੀਬ ਚੀਜ਼ ਦੇਖੀ ਵੀ ਜਿਹੜੇ ਬੱਚਿਆਂ ਨੂੰ ਹਲੇ ਥੋੜ੍ਹਾ ਥੋੜ੍ਹਾ ਬੋਲਣਾ 2 ਸਾਲ ਦੇ 2.5 ਸਾਲ ਦੇ ਬੋਲਦੇ ਆ ਨਾ ਉਹਨਾਂ ਨੂੰ ਬਿਨਾਂ ਸਿੱਧੂ ਤੋਂ ਕੁਛ ਔੜਦਾ ਹੀ ਮੈਂ ਮੰਨਦੀ ਹਾਂ ਵੀ ਅਸੀਂ ਤਾਂ ਉੱਥੇ ਬਠਿੰਡੇ ਰਹਿੰਦੇ ਹਾਂ ਮਾਨਸਾ 'ਚ ਰਹਿੰਦੇ ਹਾਂ ਪਰ ਮੈਂ ਇੱਥੇ ਜਿਹਦੇ ਘਰੇ ਜਾਂਦੇ ਹਾਂ ਸਿੱਧੂ ਦੇ ਗਾਣੇ ਸਿੱਧੂ ਦੇ ਫਿਰ ਮੈਂ ਕਹਿੰਦੀ ਹਾਂ ਵੀ ਜਿਹੜੀ ਚੀਜ਼ ਤੂੰ ਖੱਟ ਗਿਆ ਨਾ ਹਲੇ ਹਜ਼ਾਰਾਂ ਕੀ ਲੱਖਾਂ ਸਾਲ ਲੱਗਣਗੇ ਕੋਈ ਮਾਂ ਦੀ ਕੁੱਖ ਵਿਰਲੀ ਹੋਊ ਜਿਹੜੀ ਇਹੋ ਜਿਹੇ ਸਿੱਧੂ ਨੂੰ ਜਨਮ ਦਿਓ ਅਤੇ ਮੈਂ ਸਲਾਮ ਕਰਦੀ ਹਾਂ ਸਾਡੇ ਵੀਰ ਜੀ ਅਤੇ ਭਾਬੀ ਜੀ ਨੂੰ
ਇਹ ਦੁੱਖ ਐਸਾ ਹੈ ਜਿਹਦੇ ਲਈ ਸ਼ਬਦ ਥੋੜ੍ਹੇ ਨੇ, ਤਾਂ ਹੀ ਮੈਂ ਬਾਲਾ ਬੋਲਦੀ ਨਹੀਂ ਹੁੰਦੀ, ਕਿਉਂਕਿ ਜਿਹੜੇ ਦਰਦ ਮਾਂ ਬਾਪ ਦੇ ਹੁੰਦੇ ਆ ਨਾ, ਉਹਨਾਂ ਨੂੰ ਕੋਈ ਬੁੱਝ ਨਹੀਂ ਸਕਦਾ, ਕਿਉਂਕਿ 9 ਮਹੀਨੇ ਮਾਂ ਢਿੱਡ 'ਚ ਰੱਖਦੀ ਹੈ, ਉਹ ਫੀਲਿੰਗਸ ਮਾਂ ਕੋਲ ਹੁੰਦੀਆਂ। ਫਿਰ ਉਹ ਸਿਆਣੇ ਕਹਿੰਦੇ ਨਾ ਵੀ 5 ਸਾਲ ਗਾਲੀਏ ਅਤੇ 1 ਲਾਲ ਪਾਲੀਏ, ਹੈ ਨਾ। ਫਿਰ ਮਾਂ ਬਾਪ ਸੁਪਨੇ ਦੇਖਦੇ ਆ, ਉਹਨੂੰ ਵੱਡਾ ਕਰਦੇ ਆ, ਉਹਨੂੰ ਪੜ੍ਹਾਉਂਦੇ ਆ, ਲਿਖਾਉਂਦੇ ਵੀ ਸਾਡਾ ਪੁੱਤ ਅਫਸਰ ਬਣੂਗਾ ਜਾਂ ਕੋਈ ਵੱਡੀ ਤਰੱਕੀ ਕਰੂਗਾ। ਫਿਰ ਮਾਂ ਬਾਪ ਸੋਚਦੇ ਆ ਵੀ ਅਸੀਂ ਇਹਨਾਂ ਦਾ ਵਿਆਹ ਕਰਾਂਗੇ, ਪੋਤੇ ਪੋਤੀਆਂ ਹੋਣਗੇ। ਜੀ ਨੇ ਵੀ ਇਸ ਸੁਪਨਿਆਂ ਦਾ ਕਤਲ ਕੀਤਾ ਹੈ। ਬਸ ਪੂਰੀ ਦੁਨੀਆ ਇਹ ਕਹਿੰਦੀ ਹੈ ਇਹ ਨਹੀਂ ਹੋਣਾ ਚਾਹੀਦਾ। ਮੈਂ ਸੱਚ ਦੱਸਾਂ, ਮੈਂ ਜਦੋਂ ਆ ਸਭ ਗੱਲਾਂ ਚੱਲ ਰਹੀਆਂ ਸੀਗੀਆਂ ਤਾਂ ਮੈਂ ਪਹਿਲਾਂ ਹੀ ਮਨਾ ਕਰਤਾ ਸੀਗਾ ਵੀ ਮੈਂ ਅਸੀਂ ਇਹ ਚੀਜ਼ ਬਾਰੇ ਮੈਂ ਗੱਲ ਹੀ ਨਹੀਂ ਕਰ ਪਾਉਣੀ, ਕਿਉਂਕਿ ਤੁਸੀਂ ਕਹਿ ਰਹੇ ਹੋ ਵੀ ਹੈ ਨਾ, ਤੁਸੀਂ ਕੀ ਕਹੋ, ਸੋਚੋ ਮੈਂ ਆਪ ਸੋਚੀ ਸੀਗੀ ਤੁਹਾਨੂੰ ਕੀ ਪੁੱਛਾਂ ਜਾਂ ਕੀ ਬੋਲਾਂ। ਕਈ ਵਾਰ ਤੁਹਾਡੀ ਤਰੱਕੀ ਤੁਹਾਡੀ ਵੈਰੀ ਬਣ ਜਾਂਦੀ ਹੈ ਹੈ ਨਾ, ਅਤੇ ਇਹ ਬਹੁਤ ਵੱਡਾ ਐਗਜ਼ਾਮਪਲ ਹੈ ਉਸ ਚੀਜ਼ ਦਾ। ਅਤੇ ਬਸ ਮੈਨੂੰ ਵੀ ਪੁੱਠ ਸਿੱਧੇ ਕਮੈਂਟ ਆਉਂਦੇ ਆ, ਪਰ ਮੈਂ ਕਹਿੰਦੀ ਹੁੰਦੀ ਹਾਂ ਵੀ ਮੈਂ ਉਹਨਾਂ ਸਾਰੇ ਲੋਕਾਂ ਨਾਲੋਂ ਬਹੁਤ ਵਧੀਆ, ਮੈਂ ਕਮਾਈ ਕਰਦੀ ਹਾਂ, ਮੈਂ ਕੋਈ ਵਿਹਲੀ ਬੈਠ ਨਹੀਂ ਬੈਠਦੀ, ਮੈਂ ਕੋਈ ਡਰੱਗ ਨਹੀਂ ਵੇਚਦੀ, ਮੈਂ ਕੋਈ ਚਿੱਟਾ ਨਹੀਂ ਵੇਚਦੀ, ਮੈਂ ਕਿਸੇ ਦਾ ਮਰਡਰ ਨਹੀਂ ਕਰਦੀ, ਮੈਂ ਚੋਰੀ ਨਹੀਂ ਕਰਦੀ, ਹੈ ਨਾ, ਮੈਂ ਕੋਈ ਐਸਾ ਕੰਮ ਨਹੀਂ ਕਰਦੀ, ਮੈਨੂੰ ਪਰਮਾਤਮਾ ਨੇ ਗਲਾ ਦਿੱਤਾ, ਮੈਂ ਗਾਉਂਦੀ ਹਾਂ। ਤੁਸੀਂ ਇਸੇ ਤਰ੍ਹਾਂ ਮੇਰੀ ਜਿਹੜੇ ਮੈਲ ਧੋਂਦੇ ਨੇ, ਵਾਹਿਗੁਰੂ ਕਰੇ ਉਹਨਾਂ ਨੂੰ ਸਮਾਤਾ ਆਵੇ, ਅਤੇ ਜਿੰਨੇ ਮੈਨੂੰ ਪਿਆਰ ਕਰਦੇ ਨੇ ਉਹਨਾਂ ਦੀ ਲੰਬੀ ਉਮਰ ਹੋਵੇ, ਇਸੇ ਤਰ੍ਹਾਂ ਸਾਰੇ ਕਲਾਕਾਰਾਂ ਨੂੰ ਪਿਆਰ ਕਰਦੇ ਰਹੋ, ਸਤਿਕਾਰ ਕਰਦੇ ਰਹੋ, ਅਤੇ ਜਿਨ੍ਹਾਂ ਨੂੰ ਮੈਂ ਚੰਗੀ ਨਹੀਂ ਲੱਗਦੀ ਉਹਨਾਂ ਨੂੰ ਵੀ ਸਲਾਮ, ਵਾਹਿਗੁਰੂ ਕਰੇ ਤੁਹਾਡੇ ਦਿਮਾਗ 'ਚ ਵੀ ਮੇਰੇ ਪ੍ਰਤੀ ਪਿਆਰ ਆ। ਹੋਪਫੁਲੀ ਸਾਰਿਆਂ ਤੱਕ ਸੁਨੇਹਾ ਪਹੁੰਚ ਗਿਆ ਹੋਵੇਗਾ। ਅਤੇ ਬਹੁਤ ਬਹੁਤ ਸ਼ੁਕਰੀਆ ਆਪਣਾ ਜਿਹੜਾ ਸਮਾਂ ਆ, ਕੀਮਤੀ ਸਮਾਂ ਸਾਨੂੰ ਦੇਣ ਵਾਸਤੇ, ਅਤੇ ਇਸ ਚੈਨਲ ਦੇ ਰਾਹੀਂ 2-4 ਗੱਲਾਂ ਸਾਡੇ ਨਾਲ ਕਰਨ ਵਾਸਤੇ। ਅਗਲੀ ਵਾਰ ਫਿਰ ਹਾਜ਼ਰ ਹੋਵਾਂਗੇ ਜੀ ਨਵੇਂ ਕਲਾਕਾਰ ਦੇ ਨਾਲ। ਤਦ ਤੱਕ ਲਈ ਮੈਂ ਸਲੋਨੀ ਸਰੀਨ ਇਜਾਜ਼ਤ ਲੈਂਦੀ ਹਾਂ ਫਰੋਮ ਦੀ ਅਨਮਿਊਟ ਚੈਨਲ। ਸ਼ੁਕਰੀਆ।